ਹੈਲੋ ਗਾਈਸ, ਗੁੱਡ ਮੋਰਨਿੰਗ। ਕੀ ਹਾਲ ਜੀ? ਅੱਜ ਅਸੀਂ ਜਾ ਰਹੇ ਹਾਂ ਸੈਰ ਕਰਨ ਲਈ ਜਖੀਰੇ। ਉੱਥੇ ਜਾ ਕੇ ਅਸੀਂ ਤੁਹਾਨੂੰ ਵਿਖਾਵਾਂਗੇ ਮੋਰ, ਨਾਲੇ ਵਿਖਾਵਾਂਗੇ ਤੁਹਾਨੂੰ ਰੇਸ਼ਮ ਦੇ ਕੀੜੇ, ਜਿਹੜੇ ਕਿ ਸ਼ਤੂ ਦੇ ਦਰਖਤ ਦੇ ਹੁੰਦੇ ਨੇ, ਪਾਲੇ ਵੀ ਜਾਂਦੇ ਨੇ, ਬਾਹਰੋਂ ਉਹਨਾਂ ਨੂੰ ਐਕਸਪੋਰਟ ਕਰਕੇ ਬਾਹਰ ਹੀ ਭੇਜਿਆ ਜਾਂਦਾ। ਸੋ ਗਾਈ, ਲੈਟਸ ਗੋ। ਵੀਰ ਜੀ, ਅਸੀਂ ਪਹੁੰਚ ਗਏ ਜੀ ਤਾਰਾਗੜ੍ਹ ਮੋੜ 'ਤੇ। ਤੁਸੀਂ ਵੇਖ ਸਕਦੇ ਹੋ ਰੋਡ 'ਤੇ ਫਿਲਹਾਲ ਅਜੇ ਕੋਈ ਨਹੀਂ ਹੈਗਾ, ਸਿਰਫ ਚਲੋ ਆ ਰਹੇ ਨੇ ਲੋਕ ਸੈਰ ਕਰਨ ਲਈ ਆ ਰਹੇ ਨੇ। ਚਲੋ ਹੁਣ ਅਸੀਂ ਜਾ ਰਹੇ ਹਾਂ ਜੀ ਜਖੀਰੇ, ਜਖੀਰੇ ਜਿੱਥੇ ਕਿ ਮਤਲਬ ਲੋਕ ਸੈਰ ਕਰਨ ਜਾਂਦੇ ਨੇ। ਬਹੁਤ ਹੀ ਵਧੀਆ ਜਗ੍ਹਾ, ਬਹੁਤ ਹੀ ਹਰਿਆਵਲ, ਅਤੇ ਅੱਜ ਤੁਹਾਨੂੰ ਲੈ ਕੇ ਜਾਵਾਂਗੇ ਅਸੀਂ ਜਖੀਰੇ। ਲਓ ਜੀ ਮਿੱਤਰੋ, ਹੁਣ ਅਸੀਂ ਪਹੁੰਚ ਗਏ ਜੇ ਆਪਾਂ ਜਖੀਰੇ। ਜਖੀਰੇ ਦੀ ਲੋਕੇਸ਼ਨ ਦੇਖ ਲਓ, ਹਾਂ ਬਿਲਕੁਲ ਮੱਠ ਦੇ ਨਾਲ ਹੀ ਦਿਖਾਇਆ, ਮੱਠ ਦੇ ਨਾਲ ਹੀ ਸੂਹਾ, ਜਿਹੜਾ ਕਿ ਅਜੇ ਪਾਣੀ ਪੂਣੀ ਕੋਈ ਨਹੀਂ ਆਏਗਾ। ਹੁਣ ਪਾਣੀ ਜਦੋਂ ਤੁਹਾਡਾ ਨਹਿਰਾਂ 'ਤੇ ਪਾਣੀ ਪੂਣੀ ਛੱਡਣਗੇ, ਨਹਿਰਾਂ 'ਤੇ ਪਾਣੀ ਵੀ ਇੰਨੀ ਪਿੱਛੇ ਹੈ ਨਾ। ਅਤੇ ਗਾਇਸ, ਇੱਥੇ ਅਸੀਂ ਤੁਹਾਨੂੰ ਜੇ ਮੋਰ ਲੱਭ ਗਏ ਤਾਂ ਮੋਰ ਵੀ ਜ਼ਰੂਰ ਵਿਖਾਵਾਂਗੇ ਤੁਹਾਨੂੰ, ਕਿਉਂਕਿ ਇੱਥੇ ਸਵੇਰੇ ਸਵੇਰੇ ਮੋਰ ਵੀ ਜਿਹੜੇ ਨੇ ਉਹ ਬਹੁਤ ਪਹਿਲਾ ਪਾਉਂਦੇ, ਅਤੇ ਮੋਰ ਵੀ ਬਹੁਤ ਜ਼ਿਆਦਾ। ਸਰਕਾਰੀ ਬਾਗਬਾਨੀ ਦੀ ਪਾਕ, ਇਹਨੂੰ ਅਸੀਂ ਜ਼ਖੀਰਾ ਕਹਿੰਦੇ ਹਾਂ। ਅਤੇ ਜਿੰਨੇ ਵੀ ਸਾਡੇ ਇੱਥੇ ਪੇੜ ਲੱਗੇ ਦੇ ਨੇ, ਸਾਰੇ ਤੂਤ ਦੇ ਪੇੜ ਨੇ। ਇੱਥੇ ਰੇਸ਼ਮ ਦਾ ਕੀੜਾ ਵੀ ਪਾਲਦੇ ਆ। ਇਹ ਸਾਹਮਣੇ ਜਾਮਣ ਦਾ ਬੂਟਾ, ਨਾਲ ਅੰਬ ਦਾ ਬੂਟਾ, ਅੰਬਾਂ ਦੇ ਵੇਖ ਲਓ ਤੁਸੀਂ, ਬੂਰ ਪੈ ਚੁੱਕਿਆ। ਵਾਹ ਕਿਆ ਬਾਤ ਆ, ਰੇਸ ਹੀ ਲੱਗ ਰਹੀ ਆ ਦੇਖੋ। ਇਹ ਉਹ ਕਮਰਾ ਜੀ ਜਿੱਥੇ ਰੇਸ਼ਮ ਦੇ ਕੀੜੇ ਪਲਦੇ ਨੇ, ਲਾਲ ਪਾਉਂਦੀ ਏ। ਮਤਲਬ ਲੱਗਦਾ ਅੱਜ ਅਸੀਂ ਲੇਟ ਹੋ ਗਏ ਦੋਸਤੋ, ਅਤੇ ਇਸ ਵਾਸਤੇ ਜਿਹੜੇ ਮੋਰ ਜਿਹੜੇ ਨੇ ਉਹ ਚੱਲ ਚੁੱਕੇ ਨੇ, ਜਾ ਚੁੱਕੇ ਨੇ, ਅਤੇ ਕੋਈ ਲੱਭ ਵੀ ਨਹੀਂ ਲਿਆ ਮੋਰ। ਚਲੋ ਫਿਰ ਜੀ, ਕੋਸ਼ਿਸ਼ ਹੋਏਗੀ ਕੋਈ ਨਾ ਕੋਈ ਦਿਖ ਜੇ, ਹੈ ਨਾ। ਅਸੀਂ ਵੀ ਲੇਟ ਹੋ ਗਏ ਨਾ ਅੱਜ, ਜਿਹਦੇ ਕਰਕੇ ਬੋਲਦੇ ਰਹੇ ਆ। ਸਿਰਫ ਕੋਇਲ ਦੀ ਆਵਾਜ਼ ਹੀ ਆ ਬੋਲਣ ਦੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਬਸ ਵਧੀਆ। ਅਤੇ ਸਾਡੇ ਅੰਕਲ ਜੀ ਇੱਥੋਂ ਦੀ ਜਿੱਥੇ ਜਿਹੜੇ ਦੇਖਭਾਲ ਕਰਦੇ ਜੀ ਆਪਣੀ ਜਖੀਰੇ ਦੀ। ਅਤੇ ਅੰਕਲ ਜੀ, ਐਤਕੀ ਰੇਸ਼ਮ ਦੇ ਕੀੜੇ ਜੀ ਨਹੀਂ ਪਾਲੇ ਕਿੱਥੇ? ਵਾਹ, ਆ ਜਾਓ, ਅਸੀਂ ਤੁਹਾਨੂੰ ਅਜੇ ਰੇਸ਼ਮ ਦੇ ਕੀੜੇ ਵਿਖਾਈਏ ਜਿਹੜੇ ਇਹਨਾਂ ਨੇ ਪਾਉਂਦੇ ਨੇ। ਇਹ ਲਓ ਜੀ, ਅੰਕਲ ਹੁਣ ਦਿਖਾਏ ਦੇ ਤੁਹਾਡੇ ਰੇਸ਼ਮ ਦੇ ਕੀੜੇ। ਰੇਸ਼ਮ ਦੇ ਕੀੜੇ ਜਿਹੜੇ ਕਿ ਹੁਣ ਇਹ ਅੰਕਲ ਜੀ ਕਿੰਨੇ ਦਿਨ ਤਿਆਰ ਹੋਣਗੇ? ਤਿਆਰ ਹੀ ਹੋਣ ਜੀ। ਅੱਛਾ, ਇਹ ਤਿਆਰ ਹੀ ਆ ਹੁਣ? ਅੱਛਾ, ਹੁਣ ਭੇਜਣੀ ਆ ਬਸ, ਅਜੇ ਪੜ੍ਹਨਾ, ਤਿੰਨ ਚਾਰ ਸੜਕਾਂ ਹੋਰ ਪੈਣੀਆਂ ਨੇ। ਅੱਛਾ ਅੱਛਾ, ਹਾਂਜੀ ਠੀਕ ਜੀ। ਇਹ ਆ ਜੀ ਚੀਜ਼ ਹੈ ਨਾ, ਹਾਂਜੀ ਹਾਂਜੀ, ਵੀ ਇਹੋ ਜਿਹੀਆਂ ਚੀਜ਼ਾਂ ਨੇ ਜੀ। ਇਹ ਹੁਣ ਬਿਲਕੁਲ ਤਿਆਰ ਹੈ ਠੀਕ।
रेशम के कीड़े तुम दे सकते हो, जिन्ना चो रेशम तैयार होंगे अगे इन्ना च बहुत काम लिया जाता इन्हों को। ये थोक कितने जाएंगे फिर? ये अपने जाने सुजानपुर मंडी लगनी है। अच्छा सुजानपुर मंडी है। हाँ जी ठीक है। फिर अगो अगो स्पोर्ट होगी जाने अपने नेपाल। अच्छी अथो जान के सुजानपुर, सुजानपुर हो गया स्पोर्ट हो गए सीधे ही नेपाल। क्या ही बात है। ठीक है देख लो जी गाय मोर दी मेरे। चलो सू अज रेशम के कीड़े विखाए इतने जेडे कि इतने इन्हों का जोड़ा कारोबार चल रहा है सरकार के हक के बच्च। किन्ने दिन तैयार होता कीड़ा? महीने महीने हाँ जी ए महीने होना जो होना है ना मुड़े साल नहीं एक नहीं होना। बहुत वधिया भाई थैंक यू। हूँ जिदा तुसी दोस्तों वेख्या अगर रेशम का कीड़ा आई वेख्या हाँ हाँ देखो देखो मोर बोल रहे ने है ना। ओ ये मोर बैठा ये आ ये आ बैठा मोर अभी हूँ ये सारी दली इतने घूमते फिरते ते ये दोस्तों ये वो पत्ते है जेड़े जिन्हों तो कि अं रेशम का कीड़ा जोड़ा तैयार किया जाता है वही उन्होंने खुराक देंगे ने जिस तरह कि उन्होंने दसिया कि पहले इतने तैयार करके फिर सुजानपुर भेजन गए सुजानपुर मंडी लगेगी अगे फिर जाएंगे नेपाल एक्सपोर्ट का काम है। बिल्कुल छोटे छोटे ही पेड़ लगा दिते ने है ना जी। हाँ दोस्तों वो देखो सामने मोर बैठे था है ना वो वधिया लग रहा चलो अं हूँ इतो राह बहुत है देखो आ मोर बैठे सिर्फ ये मोर जेने दीनानगर के सिर्फ इतने ही देखे जाते ने जकीर बस हो रहे कितने भी देखे जाने जी। चलने थोड़े लागे हो गए वेख रहे हैं है ना लागे हो हाँ जी। तो प्लीज़ दोस्तों कमेंट करके दस्यो कि जगह तुहानू किस तरह की लगी है ना जगह प्लीज़ कमेंट करके जरूर दस्यो कि जगह तुहानू किस तरह की लगी तो अपने इत्थे प्लीज़ जिहड़े कि साडे शहर दे प्लीज़ इत्थे सैर करन जरूर आया करो क्योंकि बहुत इत्थे वधिया जगह हुण सिर्फ का जाके इहो ही जगह दीना लगदे जां इत्थे लोग मतलब जांदे ने सैर करन है ना। तुसीं देख ही रहे हो दुनिया भी आ रही है जा रही है लोग इतने दौड़ भी ला रहे ने देखो क्या बात है एडा वधिया मौसम सूर्य देवता भी बाहर आ चुके ने ये नाल नाल ही दोस्त बंदा दे जखीरे दे नाल नाल निकासी वगदी है ते सानू निकासी विखाने है ना लोग एक्सरसाइज करते हुए ते हुण मित्रों इस तरह की वेख्या गो ये मोर जिहड़े सारे हर टाइम ते बूटियां दे उत्ते बैठे दे ने ते ये हुण शाम नूं आणगे थले हां इधर उधर हां या अगे हुण तुहानूं निकासी विखाई असीं
दोस्तों नाल नाल निकासी होगी, ये नाल नाल निकासी है, ये लोग किस तरह जंगल एरिया है ना, वन विभाग था जिन्हों अं कहने कि फॉरेस्ट डिपार्टमेंट अपने मोर देखे थे बहुत वधिया लग रहा इत्थे आ गए बहुत लोग सेफ सैकन ठीक है सुनावे जल्दी जल्दी ते हेलो गाइस सो मैनू दस्यो कमेंट करके दस्यो कि तुहानू ये जगह किदां दी लगी तू दस्यो ना मैनू ये भी पता लग जूगा कि तुसी मेरे चैनल नू बहुत प्यार करते हो प्लीज़ मेरे चैनल नू सबसक्राइब जरूर करो ते नाल बैल आइकन दा बटन दबा के ते प्लीज़ इनू चैनल नू अगे अं लै गया हाँ है ना अपने अपने शहर दी होर भी तुहानू चीज़ां दिखांगे जो कि बहुत मशहूर ने प्लीज़ ओके बाय गाइज़।